ਸਤਿ ਸ਼੍ਰੀ ਅਕਾਲ, ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਹੌਬੀ ਧਾਲੀਵਾਲ ਨਾਭਾ ਰਿਆਸਤ ਦੇ ਹੀਰਾ ਮਹਿਲ ਵਿਖੇ ਸ਼ਾਹੀ ਪਰਿਵਾਰ ਵੱਲੋਂ ਰੱਖੇ ਗਏ ਇੱਕ ਸਮਾਗਮ ਦੌਰਾਨ ਪਹੁੰਚੇ। ਹੌਬੀ ਧਾਲੀਵਾਲ ਨੇ ਪੰਜਾਬੀ ਫਿਲਮ ਅਸਤਾਨਾ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬੀਆਂ ਵੱਲੋਂ ਪੰਜਾਬੀ ਫਿਲਮਾਂ ਨੂੰ ਬਹੁਤ ਸਤਿਕਾਰ ਦਿੱਤਾ ਜਾ ਰਿਹਾ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਨਾਲ ਜੋ ਵਾਅਦਾ ਕਰਕੇ ਆਏ ਸੀ ਉਸ ਤੋਂ ਸ਼ਰਿਆਂ ਮੁਕਰੇ ਨੇ। ਗੁਜਰਾਤ ਅਤੇ ਹੋਰ ਸਟੇਟਾਂ ਵਿੱਚ ਬੋਹੜ ਲਾਉਣ ਦੀ ਕੀ ਲੋੜ ਪਈ ਹੈ? ਪਹਿਲਾਂ ਪੰਜਾਬ ਖਤਮ ਕੀਤਾ, ਹੁਣ ਹੋਰ ਸਟੇਟਾਂ ਨੂੰ ਖਤਮ ਕਰਨ ਲਈ ਤੁਲੇ ਹਨ। ਹੌਬੀ ਧਾਲੀਵਾਲ ਨੇ ਹੋਰ ਕੀ ਕਿਹਾ, ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ। ਕੋਸ਼ਿਸ਼ ਹੈ ਕਿ ਅਸੀਂ ਨਾਭੇ ਦੇ ਹਰ ਪਰਿਵਾਰ ਨੂੰ ਮਿਲੀਏ। ਸੋ ਸਮਾਂ ਬਹੁਤ ਥੋੜ੍ਹਾ ਹੋਇਆ ਹਲੇ ਆਇਆਂ ਨੂੰ, ਹਲੇ ਤਾਂ ਇਉਂ ਕਹਿ ਲਓ ਕਿ ਮਹਿਲ ਦੀ ਪੂਰੀ ਤਰ੍ਹਾਂ ਸਫਾਈ ਵੀ ਨਹੀਂ ਹੋਈ। ਸੋ 42 ਸਾਲ ਤੋਂ ਬੰਦ ਪਏ ਮਹਿਲ ਨੂੰ ਖੋਲ੍ਹਣਾ, ਸਫਾਈ ਸਮਾਨ ਸਾਰਾ ਟੁੱਟ ਭੱਜ ਹੋ ਗਈ, ਲੋਕ ਲੈ ਗਏ ਚੁੱਕ ਕੇ, ਜਾਂ ਮਤਲਬ ਬਹੁਤ ਬੁਰਾ ਹਾਲ ਸੀ ਕਹਿਣ ਤੋਂ। ਪਰ ਉਹਨਾਂ ਨੇ ਬੈਠਣ ਯੋਗਾ ਕਰ ਲਿਆ। ਹੁਣ ਨਾਭੇ ਦੇ ਲੋਕ ਆਉਂਦੇ ਰਹਿਣਗੇ, ਪਰਿਵਾਰ ਮਿਲਦੇ ਰਹਿਣਗੇ, ਅਤੇ ਉਹਨਾਂ ਨੇ ਰੈਨੋਵੇਸ਼ਨ ਵੀ ਸਟਾਰਟ ਕੀਤੀ ਹੈ। ਵਿਟੀ ਦਿੰਦੇ ਰਹੋ, ਲੋਕ ਆਉਂਦੇ ਰਹਿਣ, ਮਸਤਾਨੇ ਚਲਦੀ ਰਹੇ, ਅਤੇ ਲੋਕ 100-100 ਕਰੋੜ ਦੀਆਂ ਫਿਲਮਾਂ ਬਣਾਉਣ ਲੱਗ ਪਏ। ਪਿਆਰ ਉਹਨਾਂ ਦਾ, ਟਿਕਟ ਉਹਨਾਂ ਨੇ ਖਰੀਦਣੀ ਆ, 150-200 ਰੁਪਇਆ ਖਰਚਦੇ ਨੇ, 4 ਘੰਟੇ ਵੀ ਲੱਗਦੇ ਨੇ, ਕਿਉਂਕਿ ਇੱਕ ਫਿਲਮ ਅੱਜ ਦੇ ਯੁੱਗ ਦੇ ਵਿੱਚ ਇੱਕ ਫਿਲਮ ਦੇਖਣ ਜਾਣਾ ਪਰਿਵਾਰ ਸਮੇਤ ਉਹ ਖਾਸੀ ਮਹਿੰਗੀ ਪੈ ਜਾਂਦੀ ਹੈ। ਔਰ ਪੰਜਾਬੀ ਫਿਲਮ ਇੰਡਸਟਰੀ ਦੀ ਇਸ ਵੇਲੇ ਹਰ ਹਫ਼ਤੇ 2 ਫਿਲਮਾਂ ਆ ਹੀ ਜਾਂਦੀਆਂ ਨੇ, ਸੋ ਮਹੀਨੇ ਦੀਆਂ 6 ਤਾਂ ਆ ਹੀ ਜਾਂਦੀਆਂ ਨੇ 4 ਹਫ਼ਤੇ 'ਚ। ਸਾਰਿਆਂ ਨੂੰ ਪਿਆਰ ਮਿਲ ਰਿਹਾ। ਜਿਹੜੀ ਚੰਗੀ ਫਿਲਮ ਹੈ, ਕਦੇ ਵੀ ਅਣਗੌਲਿਆ ਨਹੀਂ ਕਰਦੇ ਪੰਜਾਬੀਆਂ ਦਾ। ਮੈਨੂੰ ਮਾਣ ਹੈ ਇਸ ਚੀਜ਼ ਦਾ ਕਿ ਪੰਜਾਬੀ ਹੋ ਸਕਦਾ ਕਿਤੇ ਮਾੜੀ ਚੀਜ਼ ਨੂੰ ਪਸੰਦ ਕਰ ਲੈਣ, ਪਰ ਚੰਗੀ ਚੀਜ਼ ਨੂੰ ਨਕਾਰ ਦੇਣਗੇ, ਇਹ ਕਦੇ ਨਹੀਂ ਹੁੰਦਾ। ਸੋ ਹਰ ਚੰਗੀ ਫਿਲਮ ਨੂੰ ਪਿਆਰ ਦਿੰਦੇ ਨੇ, ਮਾਣ ਦਿੰਦੇ ਨੇ, ਦੇਖਣ ਜਾਂਦੇ ਨੇ। ਔਰ 100 ਕਰੋੜ ਦੀ ਫਿਲਮ ਨੂੰ ਵੀ ਟਿਕਟਾਂ ਵਿਕੀਆਂ ਨੇ, 100 ਕਰੋੜ ਦੀਆਂ ਵੀ। ਸੋ ਅਸੀਂ ਹੁਣ ਪੰਜਾਬੀ ਫਿਲਮ ਇੰਡਸਟਰੀ 100 ਕਰੋੜ ਹੀ ਹੋ ਗਈ ਹੈ। 12-13 ਫਿਲਮਾਂ ਕੰਪਲੀਟ ਪਈਆਂ ਨੇ, ਕਿਹੜੀ ਕਦੋਂ ਰਿਲੀਜ਼ ਹੋਣੀ ਹੈ ਇਹ ਨਹੀਂ ਮੈਨੂੰ ਪਤਾ ਹੁੰਦਾ। ਹਾਂ, ਅਸੀਂ ਹੁਣ ਹੱਲ ਕੀ ਹੈ, ਸੁੱਖਾ ਰੇਡਰ ਕੰਪਲੀਟ ਕਰਕੇ ਹਟੇ ਹਾਂ, ਅੱਗ ਦਾ ਦਰਿਆ ਸ਼ੁਰੂ ਕਰ ਰਹੇ ਹਾਂ ਅਸੀਂ 19 ਦਸੰਬਰ ਤੋਂ ਵਿੱਚ। ਚਿੱਟਾ ਪਹਿਲੀ ਗੱਲ ਤਾਂ ਵੱਡੇ ਲੈਵਲ 'ਤੇ ਆਇਆ, ਦੁਖਾਂਤ ਹੈ, ਸਾਡਾ ਪੰਜਾਬ ਖੋਖਲਾ ਹੋ ਰਿਹਾ, ਅਤੇ ਦੁੱਖ ਹੁੰਦਾ ਜਦੋਂ ਸੋਚੀਦਾ, ਸੁਣੀਦਾ, ਦੇਖੀਦਾ ਕਿ ਸਾਡੇ ਹੀ ਪੇਂਡੂ, ਸਾਡੇ ਹੀ ਲੋਕ, ਸਾਡੀਆਂ ਹੀ ਮਾਵਾਂ, ਧੀਆਂ, ਭੈਣਾਂ, ਸਾਡੇ ਹੀ ਵੀਰ ਭਰਾ, ਬਜ਼ੁਰਗ ਵੇਚਣ ਲੱਗ ਗਏ। ਸੋ ਜਦੋਂ ਤੁਸੀਂ ਕਿੱਡਾ ਘਿਨਾਉਣਾ ਹੀਆਂ ਹੋਊਗਾ, ਕਿੰਨਾ ਗੰਦਾ ਸੋਚ ਹੋਊ, ਕਿੰਨਾ ਗੰਦਾ ਖੂਨ ਹੋਊ, ਜਿਹੜਾ ਬੰਦਾ ਕਿਸੇ ਨੂੰ ਪੁੜੀ ਦਿੰਦਾ ਥੋੜ੍ਹੇ ਜਿਹੇ ਪੈਸਿਆਂ ਵਾਸਤੇ, ਅਤੇ ਫਿਰ ਉਹ ਜਿਹੜਾ ਪੁੜੀ 2 ਵਾਰੀ ਪੀ ਗਿਆ ਉਹ ਤਾਂ ਫਿਰ ਮਰੂਗਾ ਹੀ, ਉਹ ਤਾਂ ਮਰਦਾ ਹੀ ਹੈ, ਮਰ ਹੀ ਰਿਹਾ। ਛੱਡਣ ਵਾਲੇ ਤਾਂ 1% ਵੀ ਨਹੀਂ ਹੋਣੇ ਜਿਹੜੇ ਲੱਗ ਗਏ, ਅਤੇ ਇਹ ਛੁੱਟਦਾ ਤਾਂ ਸਿਵਿਆਂ 'ਚ ਜਾ ਕੇ ਹੈ। ਸੋ ਮਾਵਾਂ ਦੇ ਪੁੱਤ ਮਰ ਰਹੇ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਅਪੀਲ ਜ਼ਰੂਰ ਕਰੂੰਗਾ ਵੇਚਣ ਵਾਲਿਆਂ ਨੂੰ ਕਿ ਸਰਕਾਰਾਂ ਦੇ ਪੱਲੇ ਕੀ ਹੈ, ਉਹ ਕੀ ਕਰ ਸਕਦੇ ਨੇ, ਉਹਨਾਂ ਦੀ ਕਿੱਡੀ ਕੁ ਕੋਸ਼ਿਸ਼ ਆ, ਕਿੱਡੀ ਕੁ ਸੋਚ ਹੈ, ਕਿੱਡੀ ਕੁ ਦ੍ਰਿੜਤਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਆਪਾਂ ਤਾਂ ਨਾ ਯਾਰ ਵੇਚੀਏ, ਆਪਾਂ ਤਾਂ ਨਾ ਲੋਕਾਂ ਨੂੰ ਲਾਈਏ, ਲੋਕਾਂ ਦੇ ਪੁੱਤ ਧੀਆਂ ਨੂੰ ਨਾ ਲਾਓ ਯਾਰ। ਤੁਸੀਂ ਥੋੜ੍ਹੇ ਜਿਹੇ ਪੈਸੇ ਬਚਦੇ ਨੇ, ਸ਼ਾਇਦ ਤੁਸੀਂ 1000 ਰੁਪਏ ਦੀ ਲਿਆ ਕੇ 1200 ਦੀ ਵੇਚਦੇ ਹੋਵੋਗੇ ਯਾਰ, 200 ਰੁਪਇਆ ਤੁਹਾਡੇ ਲਈ ਬਹੁਤ ਹੋਊਗਾ, ਪਰ ਉਸ ਮਾਂ ਬਾਰੇ ਵੀ ਸੋਚੋ ਜਿਹਦਾ ਪੁੱਤ ਤੁਸੀਂ ਲਾ ਕੇ ਮਾਰ ਦਿੰਦੇ ਹੋ ਯਾਰ। ਪਲੀਜ਼, ਬੇਨਤੀ ਹੈ, ਮਿੰਨਤ ਹੈ, ਮੈਂ ਤਾਂ ਥੋੜ੍ਹੀ ਕਰਦਾ ਦੋਵੇਂ ਹੱਥ ਜੋੜ ਕੇ, ਰੱਬ ਦਾ ਹੀ ਵਾਸਤਾ, ਜਿਹੜੇ ਵੇਚਣ ਵਾਲੇ ਹੋ ਤੁਸੀਂ ਬੰਦ ਕਰ ਦਿਓ। ਮੈਂ ਗਾਣਿਆਂ ਵਾਸਤੇ ਵੀ ਇੱਕ ਵਾਰੀ ਮੈਨੂੰ ਸਵਾਲ ਪੁੱਛਿਆ ਸੀ, ਮੈਂ ਉਹਦਾ ਇਹੀ ਜਵਾਬ ਦਿੱਤਾ ਸੀ ਕਿ ਜਿਹੜਾ ਮਾੜਾ ਗਾਣਾ ਉਹਨੂੰ ਨਕਾਰ ਦਿਓ, ਸੁਣੋ ਹੀ ਨਾ, ਬਲੌਕ ਕਰ ਦਿਓ, ਅਗਲੀ ਵਾਰੀ ਉਹ ਕੱਢਣ ਦੀ ਜ਼ਰੂਰਤ ਹੀ ਨਹੀਂ ਕਰੇਗਾ। ਜੇ ਤੁਸੀਂ ਵੇਚਣਾ ਬੰਦ ਕਰ ਦਿਓਗੇ ਤਾਂ ਪੀਣ ਨੂੰ ਮਿਲੇਗਾ ਹੀ। ਬਾਕੀ ਸਰਕਾਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਚਿੱਟਾ ਸ਼ਾਇਦ ਖਤਮ ਹੋ ਜਾਵੇ ਜੇ ਤੁਸੀਂ ਰੁਜ਼ਗਾਰ ਦੇ ਦਿਓ, ਰੁਜ਼ਗਾਰ ਵੱਲ ਨੂੰ ਭੱਜੋ, ਨਾ ਕਿ ਤੁਸੀਂ ਬੋਰਡ ਲਾ ਕੇ। ਗੁਜਰਾਤ ਦੇ ਵਿੱਚ 92 ਬੰਦੇ ਜਿੱਤ ਜਾਣਾ ਬਹੁਤ ਵੱਡੀ ਗੱਲ ਹੈ, 92 ਬੰਦਿਆਂ ਦੀ ਇੱਕ ਸਰਕਾਰ ਹੋਵੇ, ਅਤੇ ਤੁਸੀਂ ਫਿਰ ਗੁਜਰਾਤ ਗੁਜਰੂਤ ਫਿਰਦੇ ਰਹੋ, ਜਾਂ ਤੁਸੀਂ ਹੋਰ ਸਟੇਟਸ ਦੇ ਵਿੱਚ ਵੱਡੇ ਵੱਡੇ ਬੋਰਡ ਲਵਾਓ ਅਤੇ ਸ਼ਗੂਫੇ ਦਿੰਦੇ ਰਹੋ, ਇੱਥੇ ਭਰਮਾ ਲਿਆ ਲੋਕਾਂ ਨੂੰ, ਹੁਣ ਹੋਰ ਸਟੇਟਾਂ 'ਚ ਭਰਮਾਓਗੇ ਕਿ ਨਹੀਂ। ਮੈਂ ਦਿਲੋਂ ਕਹਿਣਾ ਕਿ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਭਗਵੰਤ ਮਾਨ ਮੇਰਾ ਬੇਲੀ ਹੈ, ਸਾਡੀ ਇੰਡਸਟਰੀ ਦੇ ਨਾਲ ਜੁੜਿਆ ਰਿਹਾ, ਪੇਂਡੂ ਹੈ, ਜਮਾਂ ਮਿੱਟੀ ਦਾ ਪੁੱਤ ਹੈ, ਉਹ ਪੰਜਾਬ ਦੀ ਮਿੱਟੀ ਦਾ ਪੁੱਤ ਹੈ, ਪਰ ਪੰਜਾਬ ਲਈ ਉਹ ਨਹੀਂ ਕਰ ਰਿਹਾ ਭਗਵੰਤ ਸਿੰਘ, ਜਿਹੜਾ ਤੈਨੂੰ ਲੋਕਾਂ ਨੇ ਸੋਚ ਕੇ ਵੋਟਾਂ ਪਾਈਆਂ ਸੀ, ਜਿਹੜੀਆਂ ਆਸਾਂ ਲਾਈਆਂ ਸੀ, ਉਹਨਾਂ ਤੋਂ ਤੂੰ ਖਾਸਾ ਮੁਨਕਰ ਹੋ ਗਿਆ, ਖਾਸਾ ਨਹੀਂ ਬਹੁਤ ਜ਼ਿਆਦਾ ਮੁਨਕਰ ਹੋ ਗਿਆ।